ਟਿਕਟੌਕ ਅਤੇ ਰੀਲਸ ਦੀ ਉਮਰ ਵਿੱਚ ਇੱਕ ਅਜਿਹੀ ਕੁੜੀ ਹੈ ਜੋ ਕਿ ਬੁੱਕ ਸਟੋਰ ਚਲਾ ਰਹੀ ਹੈ। 15 ਸਾਲਾ ਪਰੀ ਰਾਓ ਪਾਲਮਸਰਟਨ ਨਾਰਥ ਵਿਖੇ ਇਸ ਹਫ਼ਤੇ ਆਪਣੀ ਬੁੱਕ ਸ਼ਾਪ ਖੋਲ੍ਹਣ ਜਾ ਰਹੀ ਹੈ। ਪਰੀ ਨੂੰ ਖੁਦ ਵੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਅਤੇ ਉਹ ਚਾਹੁੰਦੀ ਹੈ ਕਿ ਬਾਕੀ ਵੀ ਪੜ੍ਹਨ ਦਾ ਆਨੰਦ ਲੈ ਸਕਣ। ਪਰੀ ਨੇ ਦੱਸਿਆ ਕਿ ਅਪ੍ਰੈਲ ਵਿੱਚ ਉਹ ਟੀਵੀ ਉੱਤੇ ਇੱਕ ਸ਼ੋਅ ਦੇਖ ਰਹੀ ਸੀ ਜਿਸ ਵਿੱਚ ਮੁੱਖ ਪਾਤਰ ਦਾ ਵੀ ਬੁੱਕ ਸਟੋਰ ਹੁੰਦਾ ਹੈ ਅਤੇ ਇਸ ਤੋਂ ਹੀ ਸਕੁਆਇਰ ਐਜ ਤੇ ਓਲਿਵ ਬੁੱਕਸ ਦਾ ਜਨਮ ਹੋਇਆ। ਇਹ ਬੁੱਕ ਸ਼ਾਪ ਇਸ ਹਫ਼ਤੇ ਖੁੱਲ੍ਹਣ ਜਾ ਰਹੀ ਹੈ। ਪਰੀ ਨੇ ਸੈਕਿੰਡ ਹੈਂਡ ਬੁੱਕ ਸ਼ਾਪ ਖੋਲ੍ਹਣ ਦਾ ਤੈਅ ਕੀਤਾ ਹੈ ਤਾਂ ਜੋ ਲੋਕ ਕਿਤਾਬਾਂ ਆਸਾਨੀ ਨਾਲ ਰੀਸਾਈਕਲ ਕਰਵਾ ਸਕਣ। परी का कहना है कि उसनू पहले साल मुनाफे की कोई आस नहीं है। ब्यूरो रिपोर्ट NZ पंजाबी न्यूज़।